ਪਾਈ ਜਤ ਜੀ ਨੇ ਨਿੱਕੇ ਬਟਾ ਫੇਸਬੁਕ ਪੇਜ ਤੇ ਲਾਈਵ ਚਲਾਇਆ ਆ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਜਾਣੇ ਫੇਸਬੁਕ ਤੇ ਲਾਈਵ ਦੇਖ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਚਾਰ ਗੱਲਾਂ ਸਾਂਝੀਆਂ ਕਰਨੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਕਿਉਂਕਿ ਜਿਹੜੇ ਇੱਥੇ ਨੌਜਵਾਨ ਨੇ ਸਾਰਿਆਂ ਕੋਲੇ ਫੇਸਬੁਕ ਸਾਰਿਆਂ ਕੋਲੇ ਹੈਗੀ ਆ ਤੇ ਸਭ ਤੋਂ ਪਹਿਲੀ ਗੱਲ ਤਾਂ ਦੇਖੋ ਮੈਂ ਹੀ ਸਾਂਝੀ ਕਰਨੀ ਸੀ ਖਾਸ ਕਰਕੇ ਦੇਖੋ ਆਪਾਂ ਕੋਈ ਪ੍ਰਧਾਨ ਨਹੀਂ ਕੋਈ ਅਹੁਦੇਦਾਰ ਨਹੀਂ ਮੈਂ ਗੱਲ ਸਪਸ਼ਟ ਗੱਲ ਕਰ ਦੇਣਾ ਚਾਹਣਾ ਮੈਂ ਇੱਕ ਆਮ ਇਨਸਾਨ ਆ ਇੱਕ ਉਵੇਂ ਸਾਰਾ ਆਪਾਂ ਲੜਾਈ 'ਚ ਆਪਣਾ ਯੋਗਦਾਨ ਪਾ ਰਹੇ ਹਾਂ ਜਿਵੇਂ ਕਿ ਆਪਣਾ ਸਾਰਿਆਂ ਦਾ ਫਰਜ਼ ਆ ਸਾਰਿਆਂ ਦਾ ਇੱਕ ਫਰਜ਼ ਆ ਆਪਣੀ ਇੱਕ ਜ਼ਿੰਮੇਵਾਰੀ ਆ ਵੀ ਲੜਾਈ 'ਚ ਯੋਗਦਾਨ ਪਾਉਣਾ ਹਨਾ ਤੇ ਉਹ ਸਾਰਾ ਉਦਾਂ ਦਾ ਮੈਂ ਫਰਜ਼ ਨਿਭਾ ਰਿਹਾ ਹਾਂ ਪਰ ਇੱਕ ਮੈਂ ਇੱਕ ਆਮ ਇਨਸਾਨ ਹੁੰਦਾ ਹੋਇਆ ਮੈਂ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਮੇਰੇ ਕੋਲੇ ਛੋਛੇ ਨੈਟਵਰਕ ਤੇ ਬਹੁਤ ਵੱਡਾ ਲੋਕਾਂ ਨੇ ਪਿਆਰ ਦਿੱਤਾ ਹੋਇਆ ਬਹੁਤ ਬਹੁਤ ਧੰਨਵਾਦ ਮੈਂ ਗੱਲਾਂ ਕਰਦਾ ਹੁਣਾਂ ਜਿਹੜੀਆਂ 2-4 ਇੱਕ ਕਈਆਂ ਨੂੰ ਬੁਰੀਆਂ ਲੱਗਦੀਆਂ ਨੇ ਪਰ ਗੱਲਾਂ ਸੱਚੀਆਂ ਹੁੰ ਅੱਜ ਮੈਂ ਜੋ ਜਿਹੜੀ ਸਭ ਤੋਂ ਪਹਿਲੀ ਗੱਲ ਸਾਂਝੀ ਕਰਨੀ ਹੈ ਇਹ ਆ ਖਾਸ ਕਰਕੇ ਮੇਰੇ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਪ੍ਰਧਾਨ ਵੀ ਕਈ ਸਾਰੇ ਦੇਖਦੇ ਨੇ ਕਿ ਮੇਰੀ ਵੀਡੀਓ ਲਾਈਵ ਸਾਰੇ ਦੇਖਦੇ ਨੇ ਕਿ ਜਦੋਂ ਮੈਂ ਲਾਈਵ ਹੋ ਜਾਂਦਾ ਪਤਾ ਲੱਗ ਜਾਂਦਾ নোਟੀਫਿਕੇਸ਼ਨ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਸਾਡਾ ਸੰਗਰਾਜ ਚੱਲ ਰਿਹਾ ਹੈ ਇਹਦੇ ਵਿੱਚ ਸੈਂਟਰ ਸਰਕਾਰ ਦਾ ਕੀ ਹੱਥ ਆ ਕਿ ਕਿਸਾਨਾਂ ਨੂੰ ਪਾੜਨ ਦਾ ਜਿਹੜੀ ਅੱਜ ਦੀ ਮੀਟਿੰਗ ਆ ਉਹ ਕੈਨਸਲ ਹੋ ਗਈ ਤੇ ਰਾਤ ਜਿਹੜੀ ਮੀਟਿੰਗ ਬੁਲਾਈ ਗਈ ਉਹਦੇ ਵਿੱਚ ਕੀ ਕਰਿਆ ਇਹਨਾਂ ਨੇ ਗਵਰਨਮੈਂਟ ਨੇ ਤੇ ਉਹਦੇ ਵਿੱਚ ਇਹ ਗੱਲ ਕਰੀ ਕਿ ਕੁਝ ਜਿਹਾ ਸੇ ਬੰਦੇ ਨੂੰ ਬੁਲਾ ਲੈ ਤੇ ਕੁਝ ਨੂੰ ਬੁਲਾਇਆ ਨਹੀਂਗਾ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿਹੜੀਆਂ ਉੱਥੇ ਗਈਆਂ ਨੇ ਉਹ ਕਿੱਡੀ ਕਿਸਾਨਫ ਦੀ ਗੱਲ ਆ ਨਹੀਂ ਜਾਣਾ ਚਾਹੀਦਾ ਇਕੱਠੇ ਰਹੋ ਜੇਕਰ ਤੁਸੀਂ ਇਕੱਠੇ ਰਹੋਗੇ ਤਾਂ ਮੋਰਚਾ ਜਿੱਤ ਸਕੋਗੇ ਠੀਕ ਆ ਤੁਹਾਨੂੰ ਲਗ ਲਗ ਪਾੜੀ ਜਾਂਦੇ ਨੇ ਕੋਈ ਉਧਰ ਨੂੰ ਮੂੰਹ ਚਾੱਕ ਕੇ ਭੱਜਣਾ ਕੋਈ ਉਧਰ ਨੂੰ ਮੂੰਹ ਚਾੱਕ ਕੇ ਭੱਜਣਾ ਜਿਹੜਾ ਸਾਡੇ ਵਰਗੇ ਆਮ ਲੋਕ ਨੇ ਅਸੀਂ ਸਾਨੂੰ ਸਾਡਾ ਜੂਥ ਆ ਅੱਜ ਜੂਥ ਪੰਜਾਬ ਦੀ ਰੀੜ ਦੀ ਹੱਡੀ ਆ ਜੂਥ ਨੂੰ ਜੋ ਤੁਸੀਂ ਕਹਦੋਂਗੇ ਅਸੀਂ ਉਹੀ ਕਰਨ ਨੂੰ ਤਿਆਰ ਆ ਠੀਕ ਆ ਇਹ ਗੱਲ ਮੈਂ ਜ਼ਰੂਰ ਪ੍ਰਧਾਨ ਸਹਿਬਾਨਾਂ ਨੂੰ ਕਹਿਣਾ ਚਾਹਣਾ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਸਾਡਾ ਭਰੋਸਾ ਨਾ ਤੋੜਿਓ ਠੀਕ ਹੈ ਉੱਥੇ ਮੈਨੂੰ ਇਸ ਸਟੇਜ ਤੇ ਗੱਲਾਂ ਨਹੀਂ ਬੋਲਣ ਦਿੱਤੀਆਂ ਜਾਂਦੀਆਂ ਮੈਂ ਕਿਉਂਕਿ ਸਟੇਜ ਤੇ ਬੋਲਣ ਨਾਲ ਕੋਈ ਬਾਲਾ ਵੱਡੀ ਗੱਲ ਨਹੀਂ ਹੋ ਜਾਂਦੀ ਮੈਨੂੰ ਇੱਥੇ ਸਾਰੇ ਲੋਕ ਸੁਣ ਲੈਂਦੇ ਨੇਗੇ ਉੱਥੇ ਰੋਕ ਦਿੱਤਾ ਜਾਂਦਾ ਕਿਉਂਕਿ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਡਿਫਰੈਂਟ ਕਰਦਿਆਂ ਗੱਲਾਂ ਕਰਦਾ ਵੀ ਜਿਹੜੇ ਚੀਜ਼ਾਂ ਦੇ ਲੋੜ ਆ ਜਿਹੜੇ ਚੀਜ਼ਾਂ ਇਹ ਲੋੜ ਆ ਉਹ ਗੱਲਾਂ ਉੱਥੇ ਕਰਦਾ ਇਹ ਗੱਲਾਂ ਕਹਿੰਦੇ ਵੀ ਇਕੱਲੇ ਬਿਲਾਾਂ ਤੇ ਗੱਲ ਕਰੀ ਜਾਓ ਜੀ ਆਹ ਗੱਲਾਂ ਕਰੀ ਜਾਓ ਉਚਲੋ ਕੋਈ ਗੱਲ ਨਹੀਂ ਉਹ ਗੱਲਾਂ ਛੱਡੋ ਬੋਲਣ ਨਾਲ ਕੋਈ ਬਾਲਾ ਵੱਡਾ ਬੰਦਾ ਨਹੀਂ ਹੁੰਦਾ ਪਰ ਮੇਰੀ ਬੇਨਤੀ ਇਹੀ ਆ ਜਿੰਨੇ ਵੀ ਜਾਣੇ ਤੁਸੀਂ ਹੁਣ ਨੌਜਵਾਨ ਦੇਖ ਰਹੇ ਹੋ ਜਾਂ ਲੋਕ ਦੇਖ ਰਹੇ ਹੋ ਮੈਂ ਜਦੋਂ ਕਹਣਾ ਉਹ ਔਖੀ ਲੱਗਦੀ ਹੈ ਗੱਲ ਮੇਰੀ ਸਭ ਤੋਂ ਪਹਿਲੀ ਬੇਨਤੀ ਇਹੀ ਆ ਵੀ ਇਕੱਠੀਆਂ ਜਿਹੜੇ 31 ਜਥੇਬੰਦੀਆਂ ਨੇ ਜਾਂ 30 ਜਥੇਬੰਦੀਆਂ ਨੇ ਇਕੱਠੀਆਂ ਜਾ ਕੇ ਮੀਟਿੰਗ ਕਰਨ ਅਲੱਗ-ਅਲੱਗ ਮੀਟਿੰਗ ਨਾ ਕਰਨ ਸੈਂਟਰ ਗਵਰਨਮੈਂਟ ਪਾੜੀ ਜਾਂਦੀ ਆ ਪਾੜ-ਪਾੜ ਰੱਖਿਆ ਦਿਓ ਕਿਤੇ ਉਹ ਜਥੇਬੰਦੀ ਨੂੰ ਫੋਨ ਕਰ ਲੈਣ ਕਿਤੇ ਉਹਨਾਂ ਜਥੇਬੰਦੀ ਨੂੰ ਫੋਨ ਕਰ ਲੈਣ ਜੇ ਸਾਡੇ ਕਿਸੇ ਜਥੇਬੰਦੀ ਨੂੰ ਇੱਕ ਨੂੰ ਫੋ ਵਾਹ ਅਮਿਤ ਸ਼ਾਹ ਦਾ ਫੋਨ ਆਇਆ ਮੋਦੀ ਸਾਹਿਬ ਦਾ ਫੋਨ ਆਇਆ ਅਮਿਤ ਸ਼ਾਹ ਮੋਦੀ ਜੀ ਕੀ ਚੀਜ਼ ਨੇ ਯਾਰ ਇੱਕ ਜ਼ੀਰੋ ਲੈਵਲ ਦੇ ਬੰਦੇ ਨੇ ਕਿੱਡੇ ਕੀ ਏਕਾਤ ਆ ਮੋਦੀ ਦੀ ਕੀ ਏਕਾਤ ਆ ਮੋਦੀ ਇੱਕ ਬਿਜ਼ਨਸਮੈਨ ਬੰਦਿਆਂ ਨੇ ਬਣਾਇਆ ਹੋਆ ਬੰਦਾ ਇੱਕ ਮਲੰਗ ਬੰਦਾ ਉਹਨੂੰ ਚੱਕ ਕੇ ਕੁਰਸੀ ਦੇ ਬਿਠਾਦਾ ਬਿਜ਼ਨਸਮੈਨ ਬੰਦਿਆਂ ਨੂੰ ਉਹ ਮੋਦੀ ਆ ਉਹੀ ਮੋਦੀ ਮੋਦੀ ਤਾਂ ਕਰਕੇ ਹਫਲੇ ਨਾਲ ਪਿਆ ਕਰੋ ਕੋਈ ਵੱਡਾ ਨਹੀਂ ਇੱਥੇ ਕੋਈ ਛੋਟਾ ਨਹੀਂ ਸਾਰੇ ਬੰਦੇ ਇੱਕ ਪ੍ਰਕਾਰ ਦੇ ਨੇ ਹਰ ਇੱਕ ਨੂੰ ਇਹਨਾਂ ਨੂੰ ਕਿਸੇ ਨੂੰ ਲੀਡਰ ਨੂੰ ਸਾਨੂੰ ਸੈਂਟਰ ਗਵਰਨਮੈਂਟ ਦਾ ਫੋਨ ਆਇਆ ਸਾਨੂੰ ਅਮਿਤ ਸ਼ਾਹ ਦਾ ਫੋਨ ਆਇਆ ਅਮਿਤ ਮਿਤ ਸ਼ਾਹ ਵਰਗੇ ਆਪਣੇ ਪੰਜਾਬ ਤੁਸੀਂ ਇਹ ਚੀਜ਼ ਨੂੰ ਭੁੱਲ ਜਾਨੇ ਵੀ ਅਸੀਂ ਕਿਹੜੇ ਚੀਜ਼ਾਂ ਦੇ ਬਾਰਸਾਂ ਅਸੀਂ ਅਸੀਂ ਪੰਜਾਬ ਦੇ ਬਾਰਸਾਂ ਸਿੱਖ ਕੌਮ ਦੇ ਬਾਰਸਾਂ ਅਸੀਂ ਅਸੀਂ ਇਹੀ ਦਿੱਲੀ ਅਸੀਂ ਜਾ ਅਸੀਂ ਪੂਰਾ ਇੰਡੀਆ ਨੂੰ ਬਸਾਉਣ ਵਾਲੇ ਅਸੀਂ ਲੋਕਾਂ ਸਾਡੇ 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 ਲੋਕ ਕਰਜਈ ਨੇ ਸਾਡਾ ਲੋਕ ਅੱਜ ਤੱਕ ਕਰ ਕਾਜਾਂ ਨਹੀਂ ਤਾਰ ਸਕੇ ਦਿੱਲੀ ਵਾਲੇ ਜਾਂ ਮੋਦੀ ਜਿਹੜਾ ਸਾਰਿਆਂ ਦੀ ਗੱਲ ਕਰ ਲਈਏ ਇਹ ਗੱਲਾਂ ਨਹੀਂ ਗੀਆਂ ਮੇਰੀ ਸਾਰੇ ਹੀ ਭਰਾਵਾਂ ਨੂੰ ਹੱਥ ਮੰਨ ਕੇ ਬੇਨਤੀ ਜੋਗੇ ਬੱਕ ਬੱਕ ਥਾਮਾਂ ਤੇ ਮੈਨੂੰ ਦੇਖ ਰਹੇ ਨੇ ਸਾਰੇ ਪ੍ਰਧਾਨ ਸਾਹਿਬਾਂ ਨੂੰ ਇੱਕੋ ਹੀ ਬੇਨਤੀ ਕਰੋ ਵੀ ਕੱਲੇ ਕੱਲੇ ਨੇ ਨਹੀਂ ਮੀਟਿੰਗ ਕਰਨ ਜਾਣਾ ਜੇ ਤੁਸੀਂ ਇਕੱਲਾ ਇਕੱਲਾ ਜਿਵੇਂ ਮੀਟਿੰਗ ਜਿਵੇਂ 10 ਜਾਨੇ ਮੀਟਿੰਗ ਕਰਨ ਵਾਗੇ ਜਿਵੇਂ 30 ਜੱਥੇ ਬੰਦਿਆ ਨੇ ਉਹ ਚ 10 10 ਬੰਦੇ 10 ਜੱਥੇ ਬੰਦਿਆ ਮੀਟਿੰਗ ਕਰਨ ਵਾਗੇ ਆ ਤੇ 20 ਗਈਆਂ ਨੇਗੀਆਂ ਤਾਂ ਫਿਰ ਜਿਹੜੀਆਂ 20 ਗਈਆਂ ਨੇਗੀਆਂ ਤਾਂ ਉਹ ਤਾਂ ਫਿਰ ਤੁਹਾਨੂੰ ਪਾੜ ਲਿਆ ਨਾ ਜੇ ਕੋਈ ਆਪਣੇ ਆਪ ਨੂੰ ਇਹ ਸਮਝੇ ਵੀ ਮੇਰੇ ਕੋਲੇ ਮੇਰੇ ਮੇਰੇ ਪਿੱਛੇ ਟਰੈਕਟਰ ਟਰਾਲੀਆਂ ਵੱਧਨੇ ਗਿਆ ਮੈਂ ਇਕੱਲਾ ਮੀਟਿੰਗ ਕਰਨ ਜਾਣਾ ਉਹ ਵੀ ਗੱਲ ਗਲਤ ਆ ਕਿਸੇ ਚ ਵੱਧ ਨਹੀਂ ਕਿਸੇ ਚ ਘਟ ਨਹੀਂ ਇੱਥੇ ਸਭ ਤੋਂ ਵੱਡੀ ਤੁਨ ਮੈਂ ਗੱਲ ਦਾ ਦਣਾ ਲੋਕ ਆਪ ਮਹਾਰੇ ਚੱਲ ਕੇ ਆਏ ਹੋਏ ਨੇਗੇ ਬੇਸ਼ੱਕ ਅਸੀਂ ਤੁਹਾਨੂੰ ਸਭ ਨੂੰ ਪਤਾ ਤੁਹਾਡਾ ਭਰਾ ਸ਼ੁਰੂ ਤੋਂ ਮਿਹਨਤ ਕਰਦਾ ਤੁਰਿਆ ਆ ਰਿਹਾ ਮੈਂ ਇੱਕੋ ਹੀ ਗੱਲ ਬੋਲਦਾ ਹੁੰਦਾ ਸੀਗਾ ਰੈਲੀਆਂ ਦੇ ਵਿੱਚ ਜਿੱਥੇ ਵੀ ਇਹ ਰੈਲੀ ਕਰੇ ਵੀ ਅਸੀਂ ਇੱਕ ਲਹਿਰ ਪੈਦਾ ਕਰ ਰਹੇ ਹਾਂ ਲੋਕਾਂ ਨੂੰ ਜਗਾ ਰਹੇ ਹਾਂ ਬੋਲ ਬੋਲ ਕੇ ਇਹ ਲਹਿਰ ਪੈਦਾ ਕਰਕੇ ਦਿੱਲੀ ਦੇ ਵਿੱਚ ਲੈ ਕੇ ਜਾਣੀ ਹੈ ਮੈਂ ਇਹ ਗੱਲਾਂ ਅਕਸਰ ਪਹਿਲਾਂ ਬੋਲਦਾ ਹੁੰਦਾ ਸੀਗਾ ਉਹੀ ਕੰਮ ਇਹ ਹੋਇਆ ਹੁਣ ਆਪਾਂ ਦਿੱਲੀ ਦੇ ਵਿੱਚ ਬੈਠੇ ਆ ਆਪਣਾ ਸਾਰਾ ਕੁਝ ਮੰਗਾ ਮੰਗਿਆ ਜਾਣ ਗਿਆ ਪ੍ਰਧਾਨ ਪਟਣੇ ਸ਼ੁਰੂ ਹੋ ਗਏ ਬਾਈ ਜੀ ਮੈਂ ਇੱਥੇ ਬੈਠਾ ਹੁਣ ਟਿੱਕਰੀ ਮੋਰਚੇ ਤੇ ਮੇਰੀ ਪੱਕੀ ਡਿਊਟੀ ਆ ਪ੍ਰਧਾਨ ਪਟਣੇ ਸ਼ੁਰੂ ਹੋ ਗਏ ਕਿਤੇ ਉਹ ਉਧਰ ਬਗ ਜਾਂਦੇ ਨੇ 10 ਜਣੇ ਕਿਤੇ ਉਧਰ ਬਗ ਜਾਂਦੇ ਨੇ ਸਾਰੇ ਪ੍ਰਧਾਨ ਸਾਹਿਬਾਨ ਨੂੰ ਬੇਨਤੀ ਕਰੋ ਮੇਰੀ ਹੱਥ ਬਨ ਕੇ ਪ੍ਰਧਾਨ ਸਾਹਿਬਾਨ ਨੂੰ ਬੇਨਤੀ ਇਹੀ ਆ ਵੀ 5 ਜਾਂ 10 ਜੱਥੇਬੰਦੀਆਂ ਕੋਈ ਬੰਦਾ ਮਿਲਣ ਨਾ ਜਾਵੇ ਇਕੱਠੀਆਂ ਸਾਰੇ ਜੱਥੇਬੰਦੀਆਂ ਜਾਓ ਜਸ ਤੇ ਨੋਹ ਵਾਲਾ ਜਿਹੜਾ ਤੁਸੀਂ ਫੈਸਲਾ ਲਿਆ ਉਸ ਫੈਸਲੇ ਤੇ ਸਟੈਂਡ ਕਰਦੇ ਰਹੋ ਅਸੀਂ ਤੁਹਾਡੇ ਪਿੱਛੇ ਆ ਅਸੀਂ ਆਮ ਨਾਗਰਿਕ ਹੁੰਦੇ ਹੋਏ ਆਮ ਪੰਜਾਬੀ ਹੁੰਦੇ ਆ ਅਸੀਂ ਸੇਵਾ ਨਿਮਾਉਂਦੇ ਰਹਾਂਗੇ ਮੇਰੀ ਹੱਥ ਮੰਨ ਕੇ ਬੇਨਤੀ ਇਹੀ ਆ ਦੇ ਇੱਥੇ ਆਪਣਾ ਜਿੰਨੇ ਵੀ ਨੌਜਵਾਨ ਨਹੀਂ ਪਹੁੰਚੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਆਪਣਾ ਆਪਣਾ ਫਰਜ਼ ਨਿਭਾਓ ਆਪਣਾ ਆਪਣਾ ਹੱਕ ਨੇ ਆਪਾਂ ਦਿੱਲੀ ਤੋਂ ਫਰਜ਼ ਹੱਕ ਲੈ ਕੇ ਉੱਠਾਂਗੇ ਉਹਨਾਂ ਟਾਈਮ ਅਸੀਂ ਹੱਕ ਲੈ ਬਣਾ ਅਸੀਂ ਵਾਪਸ ਪੰਜਾਬ ਨਹੀਂ ਮੁੜਨਾ ਹੱਕ ਲੈਣਿਆ ਤਾਂ ਲੈਣਿਆ ਲੈ ਕੇ ਮੁੜਾਂਗੇ ਠੀਕ ਹੈ ਦਿੱਲੀ ਦਾ ਕੀ ਚੀਜ਼ ਆ ਯਾਰ ਦਿੱਲੀ ਇੱਕ ਮੋਦੀ ਵਰਗੇ ਕੀ ਚੀਜ਼ ਨੇ ਮੈਂ ਮੋਦੀ ਨੂੰ ਜ਼ੀਰੋ ਗਣਦਾ ਮੋਦੀ ਕੀ ਚੀਜ਼ ਆ ਮੋਦੀ ਫੁੱਦੂ ਬੰਦਾ ਇਕੱਠਾ ਹੋਇਆ ਵਾ ਸਭ ਤੋਂ ਪਹਿਲਾਂ ਜਿਹੜੀ ਮੈਂ ਸਾਰੀ ਅਕਸਰ ਇੱਕ ਗੱਲ ਮੈਂ ਹੋਰ ਬੋਲਦਾ ਹੋਂਨਾ ਮੇਰੇ ਪੰਜਾਬ ਦੇ ਨੌਜਵਾਨ ਭਰਾਵਾਂ ਨੂੰ ਮੇਰੀ ਪਿਆਰ ਸਤਿਕਾਰ ਸਦਕਾ ਇੱਕੋ ਹੀ ਬੇਨਤੀ ਆ ਕਿ ਪੰਜਾਬ ਦੇ ਵਿੱਚ ਕਿਵੇਂ ਹੋਇਆ ਸੀ ਮੈਂ ਇੱਕ ਆਧਾਰਨ ਦੇ ਕੇ ਦੱਸਦਾ ਹੋਂਨਾ ਸਭ ਤੋਂ ਵੱਡੀ ਆਧਾਰਨ ਮੇਰੇ ਕੋਲ ਇਹੀ ਆ ਵੀ ਜਦੋਂ ਆਜ਼ਾਦੀ ਦੀ ਲੜਾਈ ਦੇ ਵਿੱਚ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਸਿੰਘ ਵਰਗੇ ਨੇ ਸ਼ਹੀਦیاں ਪਾਈਆਂ ਉਹਨਾਂ ਦਾ ਇੱਕ ਸੁਪਨਾ ਸੀਗਾ ਸਭ ਤੋਂ ਵੱਡਾ ਸੁਪਨਾ ਉਹਨਾਂ ਦਾ ਇਹ ਸੀਗਾ ਵੀ ਸਾਡਾ ਜਿਹੜਾ ਦੇਸ਼ ਆ ਸਾਡਾ ਜਿਹੜਾ ਦੇਸ਼ ਆ ਸੀ ਇਸ ਤੋਂ ਬਾਅਦ ਕੁਰਬਾਨੀਆਂ ਦੇ ਕੇ ਸਾਡਾ ਦੇਸ਼ ਇਸ ਤੋਂ ਬਾਅਦ ਵੀ ਮੰਨ ਕੇ ਚੱਲ ਮਿੱਕੋਛ ਹਾਲ ਹੋਊਗਾ ਕੱਲਾ ਕੱਲਾ ਬੰਦਾ ਇੱਥੇ ਜਾਗਰਤ ਹੋਊਗਾ ਕੱਲਾ ਕੱਲਾ ਬੰਦਾ ਆਜ਼ਾਦੀ ਆਨੰਦ ਮਾਣੂਗਾ ਪਰ ਉਹਨਾਂ ਨੂੰ ਪਰ ਇਸ ਤੋਂ ਬਾਅਦ ਕੀ ਹੋਇਆ ਸੀ ਆਜ਼ਾਦ ਨਹੀਂ ਹੋਏ ਅਸੀਂ 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 ਗੁਲਾਮ ਇਸ ਤੋਂ ਅੰਗਰੇਜ਼ਾਂ ਤੋਂ ਵੀ ਵੱਧ ਕੇ ਗੁਲਾਮ ਹੋ ਗਏ ਕਿਵੇਂ ਗੁਲਾਮ ਹੋ ਗਏ ਕਿਉਂਕਿ ਜਿਹੜੇ ਸਾਡੇ ਆਪਣੇ ਲੋਕਾਂ ਨੇ ਸਾਡੇ ਪਿੱਠੇ ਸੁਰਾ ਮਾਰਿਆ ਜਿਹੜੇ ਸਾਡੇ ਲੋਕਾਂ ਨੇ ਸਾਨੂੰ ਆਪ ਗੁਲਾਮ ਕਰਕੇ ਰੱਖਿਆ ਹੋਇਆ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਉਹਨਾਂ ਨੇ ਸਾਡੀਆਂ ਅੱਜ ਤੱਕ ਸਾਡਾ ਪੰਜਾਬ ਨੂੰ ਗੁਲਾਮ ਬਣਾ ਕੇ ਰੱਖਿਆ ਉਹਨਾਂ ਦੇ ਉਹਨਾਂ ਦੀ ਸ਼ਹੀਦੀ ਤਾਈ ਉਹਨਾਂ ਨੇ ਪਰ ਇਸ ਤੋਂ ਬਾਅਦ ਜੋ ਕੁਝ ਉਹ ਚਾਹੁੰਦੇ ਸੀ ਉਹ ਨਹੀਂ ਹੋਇਆ ਇਸ ਕਰਕੇ ਹੁਣ ਵੀ ਮੈਂ ਇਹੀ ਗੱਲ ਕਹਿਣਾ ਚਾਹਣਾ ਜਿਹੜੀ ਹੁਣ ਲਹਿਰ ਉੱਠੀ ਆ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਸਾਡੀ ਜਾਗਰੂਤ ਲਹਿਰ ਉੱਠੀ ਆ ਹੁਣ ਵੀ ਤੁਸੀਂ ਮੇਰੀ ਹੱਥ ਵੰਨ ਕੇ ਬੇਨਤੀ ਇਹੀ ਆ ਵੇ ਜਿਹੜੇ ਕੇ ਲੀਡਰਸ ਨੂੰ ਸਭ ਨੂੰ ਪਤਾ ਵੀ ਇਹ ਲੀਡਰ ਵੱਡੇ ਵੱਡੇ ਅਮੀਰ ਘਰਾਣੇ ਦੇ ਬੰਦੇ ਨੇ ਯਾਰ ਇਹਨਾਂ ਕੋਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਪੰਜਾਬ ਦੇ ਨਾਲ ਕੋਈ ਥੋੜੀ ਮੰਨ ਕੇ ਚੱਲ ਮੰਗਾਂ ਦਾ ਨਹੀਂ ਹੈਗਾ ਕੋਈ ਤੁਹਾਨੂੰ ਇਹ ਨਹੀਂ ਪਤਾ ਵੀ ਕੀ ਦੁੱਖ ਆ ਤੇ ਕੀ ਸੁੱਖ ਆ ਇਹ ਸਿਰਫ ਔਰ ਸਿਰਫ ਡਰਾਮੇ ਕਰੇ ਹੋਏ ਨੇ ਇਹਨਾਂ ਨੇ ਆਪਣੇ ਆਪਣੇ ਇਹਨਾਂ ਕੋਲੇ ਹੁਣ ਬਾਦਲਾਂ ਦੀ ਗੱਲ ਕਰ ਲਓ ਕੈਪਟਨਾਂ ਦੀ ਗੱਲ ਕਰ ਲਓ ਕਿੰਨੇ ਅਮੀਰ ਪਰਿਵਾਰ ਨੇਗੇ ਇਹ ਹਣਾ ਇਹਨਾਂ ਨੇ ਤੁਹਾਡੇ ਹੱਕਾਂ ਦੇ ਲਈ ਕੀ ਕਰਿਆ ਬਿੱਲ ਜਿਹੜਾ ਇਹ ਪਾਸ ਕਰਾਇਆ ਇਹਨਾਂ ਨੇ ਜਾਣ ਬੁੱਝ ਕੇ ਪਾਸ ਕਰਾਇਆ ਬਿੱਲ ਮੈਂ 100% ਇਹ ਗੱਲ ਕਹਿਣਾ ਹੁੰਦਾ ਮੈਂ ਅਕਸਰ ਵੀ ਮੈਂ ਇਹ ਗੱਲ ਬੋਲਦਾ ਕਹਿਣਾ ਹੁੰਦਾ ਲੋਕਾਂ ਨੂੰ ਇਹ ਬਿੱਲ ਪਾਸ ਨਹੀਂ ਹੁੰਦਾ ਸੀਗਾ ਜੇ ਪੰਜਾਬ ਦੇ ਲੀਡਰ ਨਾਲ ਨਾ ਹੁੰਦੇ ਇਹਨਾਂ ਦੇ ਪੰਜਾਬ ਦੇ ਲੀਡਰਾਂ ਨੇ ਕਾਂਗਰਸ ਨੇ ਅਕਾਲੀਆ ਨੇ ਰਲ ਕੇ ਪਾਸ ਕਰਾਇਆ ਇਹਨਾਂ ਨੇ ਬਿਜ਼ਨਸਮੈਨਾਂ ਦੇ ਨਾਲ ਰਲ ਕੇ ਪਾਸ ਕਰਾਇਆ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਸ਼ੱਕ ਆਮ ਆਦਮੀ ਪਾਰਟੀ ਵਾਲੇ ਉਹ ਕਿਹੜਾ ਘਟਨੇ ਮੈਂ ਕਿਸੇ ਨੂੰ ਨਹੀਂ ਬਖਸਦਾ ਕਿ ਉਹਨਾਂ ਨੂੰ ਕੰਜਾਂ ਨੂੰ ਇਹ ਹੁੰਦਾ ਵੀ ਆਮ ਆਦਮੀ ਪਾਰਟੀ ਕਿਉਂਕਿ ਉਹ ਸੱਤਾ 'ਚ ਨਹੀਂ ਆਏ ਜਦੋਂ ਸੱ ਪੂਟੇ ਕੋਈ ਮੇਰੇ ਮਾਸੀ ਦੇ ਮੁੱਡੇ ਲੜੇ ਨਹੀਂ ਲੱਗਦੇ ਨਾ ਅਸੀਂ ਅੱਜ ਪ੍ਰਧਾਨ ਬਣਨਾ ਨਾ ਅਸੀਂ ਕੱਲ ਨੂੰ ਪ੍ਰਧਾਨ ਬਣਨਾ ਨਾ ਅਸੀਂ ਕੋਈ ਲੀਡਰ ਲੈਣੀਆਂ ਨਾ ਅਸੀਂ ਕੋਈ ਚੌਧਰ ਦਾਣੀ ਲੈਣੀਆਂ ਅੱਜ ਤਾਂ ਜਿਵੇਂ ਕਿ ਆਮ ਨਾਗਰਿਕਾਂ ਉਵੇਂ ਹੀ ਬਣ ਕੇ ਰਹਿਵਾਂਗੇ ਹਾਂ ਜਿਹੜੀ ਮੈਂ ਗੱਲ ਕਰਦਾ ਸੀ ਵੀ ਇਹਨਾਂ ਨੂੰ ਕਦੇ ਕੁਰਸੀਆਂ ਤੇ ਨਾ ਬਿਠਾਇਓ ਮੇਰੀ ਹੱਥ ਵੱੰਨ ਕੇ ਪੰਜਾਬ ਦੇ ਲੋਕਾਂ ਅੱਗੇ ਹੀ ਬੇਨਤੀ ਆ ਜੇ ਤੁਸੀਂ ਬਿਸ਼ਰਮੋਂ ਜਾਂ ਤੁਸੀਂ ਫੁੱਦੂ ਲੋਕੋਂ ਜੇ ਦਵਾਰੇ ਦਵਾਰੇ ਇਹਨਾਂ ਨੂੰ ਕੁਰਸੀਆਂ ਤੇ ਬਿਠਾਈ ਜਾਵੋਗੇ ਬੇਕੂਫੋਂ ਪੰਜਾਬ ਦੇ ਲੋਕ ਠੀਕ ਆ ਬਠਾਈ ਚਲੋ ਗੁਲਾਮੀ ਭੁਗਤਨੇ ਆ ਭੁਗਤੀ ਚਲੋ ਇਹਨਾਂ ਨੇ ਕਦੇ ਤੁਹਾਡਾ ਤੁਹਾਡਾ ਨਹੀਂ ਕਰਨਾ ਕਦੇ ਵੀ ਤੁਹਾਡਾ ਮੰਨ ਕੇ ਚੱਲ ਫਾਇਦਾ ਨਹੀਂ ਕਰਨਾ ਕਦੇ ਵੀ ਤੁਹਾਡੇ ਉਹਦੇ ਬਾਰੇ ਨਹੀਂ ਸੋਚਣੀ ਇੱਕ ਤੁਸੀਂ ਮੰਨ ਕੇ ਚੱਲੋ ਇੱਕ ਕਿਸਾਨ ਆ ਇੱਕ ਕੋਈ ਬਿਜ਼ਨਸਮੈਨ ਬੰਦਾ ਇੱਕ ਕੋਈ ਮੰਨ ਕੇ ਚੱਲ ਕੋਈ ਕਿਸੇ ਚੀਜ਼ ਨੂੰ ਚਲਾਉਂਦਾ ਉਹ ਆਪਣੀ ਜ਼ਿੰਮੇਵਾਰੀ ਸਮਝਦਾ ਇਹ ਐਮਐਲਏ ਬਣ ਜੂ ਕੋਈ ਐਮਪੀ ਬਣ ਜੂ ਸਾਲਾ ਬਣ ਕੇ ਇਲਾਕੇ ਦੇ ਵਿੱਚ ਗੇੜੇ ਨਹੀਂ ਮਾਰਦਾ ਆਪਣੀ ਜੌਬ ਮੰਗੂ ਹਰ ਇੱਕ ਐਮਐਲਏ ਐਮਪੀ ਆਪਣਾ ਫਰਜ਼ ਸਮਝੇ ਏ ਮੇਰੇ ਸਾਲੇ ਕੀ ਕਰਦੇ ਨੇ ਜਦੋਂ ਵੋਟਾਂ ਲੈਣੇ ਉਹਨੇ ਡਰਾਮੇ ਕਰਦੇ ਨੇ ਕਿ ਲੋਕਾਂ ਨੂੰ ਬੇਕੂਬ ਬਣਾਉਂਦੇ ਨੇ ਕਿ ਇਹ ਐਮਐਲਏ ਐਮਪੀ ਦਾ ਕੰਮ ਆ ਹਰ ਇੱਕ ਐਮਐਲਏ ਐਮਪੀ ਦਾ ਇਹ ਫਰਜ਼ ਮੰਨਦਾ ਵੀ ਹਫ਼ਤੇ 'ਚ ਇੱਕ ਛੁੱਟੀ ਮਾਰ ਲੇ 6 ਦਿਨ ਆਪਦੇ ਇੱਕ ਛੁੱਟੀ ਮਾਰ ਲੇ ਜਾਂ ਦੋ ਛੁੱਟੀਆਂ ਮਾਰ ਲੇ 5 ਦਿਨ ਤਾਂ ਅਕਸਰ ਲੋਕਾਂ ਨੂੰ ਮਿਲੇ ਨਾ 5 ਦਿਨ ਤਾਂ ਅਕਸਰ ਹੀ ਆਪਣੇ ਹਲਕੇ ਦੇ ਵਿੱਚ ਕੀੜਾ ਦੇਵੇ ਨਾ ਐਮਐਲਏ ਐਮਪੀ ਦਾ ਫਰਜ਼ ਨਹੀਂ ਬਣਦਾ ਇਹਨਾਂ ਨੇ ਮੇਰੇ ਸਾਲੇ ਨੇ ਹੁਣ ਹੁਣ ਇਹਨਾਂ ਨੇ ਕਰਨਾ ਕੁਝ ਨਹੀਂ ਹੈਗਾ ਬੇਕਾਰ ਲੋਕੋ ਤੁਸੀਂ ਫੁੱਦੂ ਲੋਕੋ ਅਮੀਰ ਜਿਹੜੇ ਲੋਕ ਨੇ ਜਿਹੜੇ ਰਜਵਾੜੇ ਲੋਕ ਨੇ ਉਹ ਤੁਹਾਡਾ ਕਦੇ ਫਾਇਦਾ ਨਹੀਂ ਸੋਚ ਸਕਦੇ ਉਹਨਾਂ ਨੂੰ ਸਿਰਫ ਔਰ ਸਿਰਫ ਉਹ ਐਸੂ ਆਰਾਮ ਦੀ ਜ਼ਿੰਦਗੀ ਜਿਣਾਉਂਦੇ ਨੇ ਹੁਣ ਸਾਡੇ ਸਾਡੇ ਕੈਪਟਨ ਸਾਹਿਬ ਦੀ ਗੱਲ ਕਰ ਲਓ ਸਾਡੇ ਕੈਪਟਨ ਸਾਹਿਬ ਦਾ ਕੀ ਕੰਮ ਆ ਉਹ ਮੈਂ ਕਹਣਾ ਵੀ ਹਫ਼ਤੇ 'ਚ ਕੀ ਕਹਣਾ ਜਾਂ ਮਹੀਨੇ 'ਚ 2-3 ਦਿਨ ਲੋਕਾਂ ਦਾ ਕੰਮ ਕਰਦੇ ਹੋਣਗੇ ਜਾਂ ਪਬਲਿਕ ਤੌਰ ਤੇ ਕੰਮ ਕਰਦੇ ਹੋਣਗੇ ਜਾਂ ਤਾਂ ਉਹ ਚਹਿਲ ਫਾਰਮ ਆਉਂਚ ਵਗ ਜਾਂਦੇ ਨੇ ਜਾਂ ਕਿਤੇ ਫਾਰਮ ਆਉਂਚ ਵਗ ਜਾਂਦੇ ਨੇ ਆਪਾਂ ਬੇਕੂਫ ਤਾਂ ਆਪਾਂ ਲੋਕ ਆ ਵੈਸੇ ਕਾਲੀ ਕਾਂਗਰਸਿਆਂ ਨੂੰ ਮੇਰੇ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਜੇ ਤੁਸੀਂ ਸੱਚੀ ਦੇਸ਼ ਨੂੰ ਪਿਆਰ ਕਰਦੇ ਹੋ ਜਾਂ ਸੱਚੀ ਪਰਮਾਤਮਾ ਨੂੰ ਮੰਨਣ ਵਾਲੇ ਹੋ ਜਾਂ ਸੱਚੀ ਧਰਮ ਨੂੰ ਮੰਨਣ ਵਾਲੇ ਬੰਦੇ ਹੋ ਤਾਂ ਤੁਸੀਂ ਸੋਚ ਕੇ ਦੇਖੋ ਕੱਲ ਹੀ ਕਾਂਗਰਸ ਨੂੰ ਮੈਨੂੰ ਬੁਰਾ ਲੱਗਦਾ ਵਰਕਰਾਂ ਨੂੰ ਇਹ ਗੱਲਾਂ ਮੈਂ ਬੋਲਦਾ ਨਾ ਬੁਰਾ ਲੱਗਦਾ ਉਹਨਾਂ ਨੂੰ ਕਿਉਂ ਬੁਰਾ ਲੱਗਦਾ ਜਾਂ ਆਮ ਆਦਮੀ ਪਾਰਟੀ ਨੂੰ ਕਿਉਂ ਬੁਰਾ ਲੱਗਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਇਹ ਸਾਡੇ ਵੱਡ ਨਹੀਂ ਗੱਲ ਕਰਦਾ ਨਹੀਂ ਵੱਡ ਵੀ ਨਹੀਂ ਕਰਦਾ ਮੈਂ ਸੱਚੀ ਗੱਲ ਕਰਦਾ ਤੁਸੋਂ ਨੂੰ ਇਹ ਗੱਲ ਦੀ ਸਮਝ ਨਹੀਂ ਪੈਣੀ ਆ ਇਹ ਲੀਡਰਾਂ ਪ੍ਰਤੀ ਮੈਂ ਸੱਚੀ ਗੱਲ ਕਰਦਾ ਤੁਹਾਨੂੰ ਤੁਹਾਨੂੰ ਇਹ ਲੰਦਾ ਵੀ ਸਾਡੇ ਨੇਤਾ ਸਾਹਿਬ ਨੂੰ ਸਾਡੇ ਲੀਡਰ ਸਾਹਿਬ ਨੂੰ ਬੁਰਾ ਕਹਿ ਰਿਹਾ ਸਾਡੀ ਪਾਰਟੀ ਨੂੰ ਬੁਰਾ ਕਰ ਰਿਹਾ ਤੁਹਾਡੀ ਪਾਰਟੀ ਨੂੰ ਨਹੀਂ ਬੁਰਾ ਕਰ ਰਿਹਾ ਤੁਹਾਡੀ ਜਮੀਰ ਮਰੀ ਹੋਈ ਆ ਲੋਕਾਂ ਦੀ ਹਨਾ ਤੁਸੀਂ ਉਹ ਜਮੀਰ ਨੂੰ ਜਗਾਓ ਤੁਸੀਂ ਜਾਗਰੂਤ ਰਹੋ ਤੁਸੀਂ ਆਪਣੀ ਜਮੀਰ ਮਾਰ ਕੇ ਤੁਸੀਂ ਇਹਨਾਂ ਲੀਡਰਾਂ ਦੇ ਪੰਜਾਬ ਵਾਲੇ ਲੀਡਰ ਦਾ 100% ਜਿਹੜਾ ਬਿਲ ਪਾਸ ਹੋਇਆ ਜਿਹੜਾ ਅਸੀਂ ਇੱਥੇ ਬੈਠੇ ਆਂ ਦੇਖ ਲਓ ਲਗਾਤਾਰ ਬੈਠੇ ਆ ਰਹੇ ਆਂ ਅੱਜ ਹੁਣ ਮੈਂ ਇੱਥੇ ਥੋੜਾ ਗੱਡੀ 'ਚ ਬੈਠ ਕੇ ਕਿਉਂਕਿ ਬਾਜ ਵਧੀਆ ਆ ਜਾਂਦੀ ਹੈ ਬਾਰ ਸਾਡੇ ਰੌਲਾ ਰੌਲਾ ਰ ਆਪਾਂ ਬਹੁਤ ਪਈਂਦਾ ਮੈਂ ਗੱਲਾਂ ਕਰਨੀਆਂ ਸੀ ਭਰਾਵ ਕਿ ਤੁਸੀਂ ਮੈਨੂੰ ਸਟੇਜ ਤੇ ਗੱਲਾਂ ਬੋਲਣ ਦਾ ਮੌਕਾ ਨਹੀਂ ਮਿਲਦਾ ਮੈਨੂੰ ਇੱਥੇ ਤੁਸੀਂ ਬਧਿਆ ਪਿਆਰ ਦਿੱਤਾ ਹੋਇਆ ਉਹਨਾਂ ਨੂੰ ਇਹ ਬੁਰਾ ਲੱਗਦਾ ਵੀ ਇਹ ਇਹ ਬੰਦਾ ਇਹ ਬੰਦਾ ਸਾਡੀ ਪਾਰਟੀ ਵਾਰੀ ਬੋਲੀ ਜਾਂਦਾ ਤੁਸੀਂ ਇਹ ਗੱਲ ਨੂੰ ਤੁਸੀਂ ਆਪਣੇ ਮਨ ਕੇ ਨਾਲ ਥੋੜੇ 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 ਸਵਾਰਥਾਂ ਲਈ ਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਇਓ ਤੁਹਾਨੂੰ ਪਤਾ ਵੀ ਸਾਡੇ ਆਉਣ ਵਾਲੇ ਟਾਈਮ ਸਾਡੇ ਧੀਆਂ ਪੁੱਤਾਂ ਦੇ ਕੰਮ ਹੋਣਗੇ ਸਾਡੇ ਕੰਮ ਹੋਣਗੇ ਮਾੜੇ ਮੋਟੇ ਪਰ ਤੁਸੀਂ ਕਿਤੇ ਪੰਜਾਬ ਬਾਰੇ ਤਾਂ ਨਹੀਂ ਸੋਚਿਆ ਤੁਸੀਂ ਆਮ ਆਦਵ ਵਰਗੀ ਲੋਕਾਂ ਬਾਰੇ ਤਾਂ ਨਹੀਂ ਕਿਤੇ ਸੋਚਿਆ ਇਹਨਾਂ ਦਾ ਨੌਕਰੀ ਤੇ ਲਵਾਤੇ ਹਾਂ ਹਾਂ ਇਹ ਗੱਲ ਆ ਪਰਮਿੰਦਰ ਭਾਈ ਮਸ਼ੀਨ ਤੇ ਬੋ ਤੇ ਇਹਨਾਂ ਨੇ ਇਹਨਾਂ ਨੂੰ ਛੱਡ ਕੇ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਜੇ ਆਪਣੇ ਛੋਟੇ ਛੋਟੇ ਸਵਾਰਥਾਂ ਨੂੰ ਛੱਡ ਕੇ ਛੱਡ ਕੇ ਆਪਣਾ ਪੰਜਾਬ ਆਪਾਂ ਸੋਚੀਏ ਗੀਤਾਂ ਦੀ ਮਸ਼ੀਨ ਅੱਛਾ ਅੱਛਾ ਵੀਰੇ ਛੱਡੋ ਭਰਾ ਬਣ ਕੇ ਆਪਾਂ ਇਹੋ ਜਿਹੀਆਂ ਗੱਲਾਂ ਤੇ ਨਹੀਂ ਬੋਲਣਾ ਆਪਾਂ ਕਲਾਕਾਰਾਂ ਪਿੱਛੇ ਠੀਕ ਆ ਮੈਂ ਸਿੱਧੂ ਮੂਸੇ ਵਾਲਾ ਨਾਲ ਕੰਮ ਕਰਦਾ ਯਾਰ ਉਹ ਮੇਰਾ ਕੰਮ ਆ ਇੱਕ ਮੇਰੀ ਇੱਕ ਮੈਂ ਇੱਕ ਮੇਰਾ ਰੋਜ਼ਗਾਰ ਆ ਠੀਕ ਆ ਮੈਂ ਕਿਹੜਾ ਕੋਈ ਇੱਥੇ ਲੀਡਰ ਬਣਨਾ ਉਹ ਮੇਰਾ ਰੋਜ਼ਗਾਰ ਆ ਤੁਸੀਂ ਸਿੱਧੂ ਮੂਸੇ ਵਾਲਾ ਕਿਤੇ ਕਰਨ ਔਜਲਾ ਕਿਤੇ ਉਹ ਚੱਕ ਲੈਣਾ ਭਰਾ ਬਣ ਕੇ ਮੇਰੇ ਹੱਥ ਬਣ ਕੇ ਮੇਰੇ ਪੰਜਾਬ ਦੇ ਲੋਕਾਂ ਨੂੰ ਮੇਰੇ ਨੌਜਵਾਨਾਂ ਨੂੰ ਇਹ ਬੇਨਤੀ ਆ ਵੀ ਮੈਨੂੰ ਇਸ ਸਲਿੱਸਲੇ ਦੇ ਵਿੱਚ ਨਾ ਘ੍ਰਿਸਿਆ ਕਰੋ ਜੇ ਤੁਹਾਨੂੰ ਮੈਂ ਕਿਸੇ ਵੀ ਗੱਲ ਤੋਂ ਬੁਰਾ ਲੱਗਦਾ ਮੇਰੇ ਘਰੇ ਕੋਟ ਦੰ ਤੇ ਤਾਂ ਕਰਕੇ ਮੇਰੀ ਹੱਥ ਮੰਨ ਕੇ ਪੰਜਾਬ ਦੇ ਲੋਕਾਂ ਨੂੰ ਹਾਂ ਵੋਟਾਂ ਵਾਲੀ ਮਸ਼ੀਨ ਦੇ ਤਾਂ ਵੋਟਾਂ ਵਾਲੀ ਮਸ਼ੀਨ ਤੇ ਕਿਹਾ ਬਾਈ ਨੇ ਮੈਂ ਚਾਹਣਾ ਵੀ ਵੋਟਾਂ ਪੇਪਰ ਤੇ ਪੈਣੇ ਚਾਹੀਦੇ ਨੇ ਪੇਪਰ ਬੈਲਟ ਤੇ ਇਹਨਾਂ ਦੇ ਵਿੱਚ ਕਾਲਾ ਮਾਲਾ ਕਰ ਦਿੰਦੇ ਨੇ ਇਹ ਗੱਲਾਂ ਪਰ ਤੇ ਆਪਣੇ ਪਿੰਡਾਂ ਦੇ ਵਿੱਚ ਆਪਾਂ ਜਾਗਰੂਤ ਹੋ ਜਦੋਂ ਵੋਟਾਂ ਪੈਂਦੀਆਂ ਨੇਗੀਆਂ ਆ ਹੁਣ ਮੇਰੇ ਨਾਲ ਸਾਡਾ ਪਿੰਡ ਦਾ ਸਰਪੰਚ ਬੈਠਾ ਮੌਜੂਦਾ ਸਰਪੰਚ ਤੁਹਾਨੂੰ ਮੈਂ ਸਰਪੰਚਾਂ ਨੂੰ ਵੀ ਗੱਲ ਦੱਸਣਾ ਚਾਹਣਾ ਮੇਰੇ ਪਿੰਡ ਦੇ ਵਿੱਚ ਮੌਜੂਦਾ ਸਰਪੰਚ ਬੈਠਾ ਚਲੋ ਵਿਚਾਰਾ ਐਸੇ ਪਰਿਵਾਰ ਨਾਲ ਸੰਬੰਧ ਰੱਖਦਾ ਮਜੀਵੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਪਰ ਇਹ ਦੱਸੀ ਸਰਪੰਚ ਕੀ ਗੱਲ ਕਹਿਣਾ ਜਾਂਦਾ ਜੀ ਕਿ ਜਮੀਨ ਆਪਾਂ ਨੂੰ ਬਹੁਤ ਬੰਦੇ ਲਾਈਵ ਸੁਣ ਰਹੇ ਨੇ ਵੀ ਮੇਰੇ ਕੋਲੇ ਜਮੀਨ ਨਹੀਂ ਉਹ ਗੱਲਾਂ ਕੀ ਕਰ ਰਿਹਾ ਜੀ ਸਾਰਿਆਂ ਨੂੰ ਬਈ ਸੱਚੀ ਕਾਲ ਹ ਹਮ ਬਾਈ ਜਮੀਨ ਦਾ ਖੁੱਡ ਨਹੀਂ ਹੈਗਾ ਪਿੰਡ ਦੇ ਸਰਪੰਚਾਂ ਅੱਜ 4 ਦਿਨ ਹੋ ਗਏ ਉਹਰੇ ਬੈਠਿਆ ਨੂੰ ਜਿੰਨਾ ਚਿਰ ਜਿੱਤ ਨਹੀਂ ਹੁੰਦੀ ਉਹਨਾਂ ਚ ਇੱਕ ਵਾਪਸ ਨਹੀਂ ਜਾਂਦੇ ਬਾਈ ਤੂੰ ਇਹ ਦੱਸੀ ਵੀ ਇਹ ਉਹ ਦਾਦੇ ਵੀ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦਾ ਇਹਨਾਂ ਨੂੰ ਕਈਆਂ ਨੂੰ ਨਾ ਹੁੰਦਾ ਵੀ ਉਹ ਆਪਾਂ ਮਜੀਵੀ ਸਿੱਖ ਪਰਿਵਾਰ ਨਾਲ ਮਜੀਵੀ ਸਿੱਖ ਪਰਿਵਾਰ ਨਾਲ ਬਾਈ ਠੀਕ ਹੈ ਇੱਕ ਬਾਈ ਬਣ ਜਿੰਨੇ ਪਿੰਡਾਂ ਦੇ ਵਿੱਚ ਬੈਠੇ ਰਹੇ ਵੱਧ ਤੋਂ ਵੱਧ ਇੱਥੇ ਆਪਰ ਨੂੰ ਮੰਨਿਆ ਦੀ ਲੋੜ ਆ ਬਾਈ ਜੇ ਆਪਾਂ ਨੂੰ ਇਹ ਕੋਈ ਰਾਹ ਨਾ ਦਿੱਤਾ ਆਪਾਂ ਨੂੰ ਚਾਰ ਸਪੀਰੋ ਦਿੱਲੀ ਘੇਰਨੀ ਪੈਣੀ ਆ ਹਾਂ ਬਾਈ ਬਣ ਕੇ ਹੱਥ ਬੰਨ ਕੇ ਬੇਨਤੀ ਜਿੰਨੇ ਸਰਪੰਚ ਸੁਣਦੇ ਨੇ ਬਾਈ ਬਣ ਕੇ ਆ ਜਾਓ ਓਏ ਓਏ ਉਹੀ ਲੋਕ ਨੇ ਜਿਹੜੇ ਆਪਣੇ ਮਾਰ ਲੋਕਾਂ ਹਾਰ ਪਾ ਪਾ ਕੇ ਆਪਣੇ ਉਹੀ ਲੋਕ ਰਹੇ ਹੋਏ ਜਿਹੜੇ ਉਰੇ ਬੈਠੇ ਨੇ ਵਿਚਾਰੇ ਜਿਹੜੇ ਆਪਾਂ ਨੂੰ ਐ ਕਹਦੇ ਹੁੰਦੇ ਨੇ ਵੀ ਸਾਡਾ ਅਸਰ ਪਾ ਜਿਹੜੇ ਕਾਲੀ ਕਾਂਗਰਸੀ ਸਰਪੰਚ ਨੇ ਉਹਨਾਂ ਨੂੰ ਕੀ ਕਹਿਣਾ ਚਾਹਣਾ ਡਟ ਕੇ ਗੱਲ ਕੇ ਤੋਂ ਡਰ ਨਹੀਂ ਲੋੜ ਨਹੀਂ ਠੀਕ ਆ ਕਾਲੀ ਆਪਦੇ ਛੋਟੇ ਛੋਟੇ ਗ੍ਰਾਂਟਾਂ ਦੇ ਮਾਰੇ ਕਾਲੀ ਕਾਂਗਰਸੀ ਜਿਹੜੇ ਆਪਣੇ ਗ੍ਰਾਂਟਾਂ ਦੇ ਮਾਰੇ ਉਹਨਾਂ ਦੇ ਐਮਐਲਏ ਦੇ ਜਾਂ ਕਾਲੀਆਂ ਦੇ ਜਾਂ ਮਿੰਨਤਾਂ ਕੱਢਦੇ ਨੇ ਯਾਰ ਥੋੜਾ ਪੈਸਾ ਯਾਰ ਥੋੜੇ ਉਹਦੇ ਪਿਓ ਵਾਲੇ ਉਹਦੇ ਪੈਸੇ ਚ ਪੈਸਾ ਦੇ ਰਹੇ ਨੇ ਮੈਂ ਇੱਕ ਮਿੰਟ ਇੱਕ ਮਿੰਟ ਤੈਨੂੰ ਮੈਂ ਮੌਕਾ ਦਿੰਦਾ ਮੈਂ ਕਾਲੀ ਕਾਂਗਰਸੀ ਸਰਪੰਚਾਂ ਨੂੰ ਇਹ ਗੱਲ ਕਹਿਣਾ ਚਾਹਣਾ ਜ ਉਪੋਚ ਨਹੀਂ ਕਰਿਆ ਸਾਨੂੰ ਗਰੰਟਾ ਨਹੀਂ ਮਿਲਨੇ ਇਹਨਾਂ ਦਾ ਪਿਓਲਾ ਪੈਸਾ ਯਾਰ ਆਪਣਾ ਪੈਸਾ ਯਾਰ ਆਪਣਾ ਪੈਸਾ ਦੇ ਰਣ ਫਿਰ ਤਾਂ ਮੈਂ ਗੱਲ ਮੰਨਾ ਵੀ ਕੋਈ ਕਾਂਗਰਸੀ ਐਮਐਲਏ ਜਾਂ ਐਮਪੀ ਆ ਉਹਦੀ ਜ਼ਮੀਨ ਵੇਚ ਕੇ ਜਾ ਉਹਦੇ ਪਰਸਨਲੇ ਪੈਸੇ ਚ ਪੈਸਾ ਦੇ ਰਿਆ ਗਰਾਂਟ ਉਹ ਤਾਂ ਆਪਣਾ ਪੈਸਾ ਆਪਣੇ ਗਰਾਂਟਾ ਆਪ ਨੂੰ ਮਿਲ ਰਹੀਆਂ ਨਹੀਂ ਆ ਤੁਸੀਂ ਇਹ ਗਰਾਂਟਾ ਲੈਣ ਪਿੱਛੇ ਹੀ ਤੁਸੀਂ ਚਾਹੀਦਾ ਦੰਬ ਵੀ ਚਾਹੀਦਾ ਆਪਾਂ ਧੌਣ ਤੇ ਗੁੱਡਾ ਧਰ ਕੇ ਲਮਗੇ ਹਾਂ ਬੋਲ ਹੁਣ ਕੀ ਕਹਣਾ ਹੈ ਬਈ ਸਾਰੇ ਪਿੰਡਾਂ ਦੇ ਵਿੱਚ ਕੋੜ ਦੇ ਨੇ ਸਰਪੰਚੀ ਦੇ ਵਿੱਚ ਕਾਪੜਾ ਕੰਮ ਚੱਲ ਰਿਹਾ ਕਿਸੇ ਲੀਡਰ ਦੀ ਚਾਪ ਲੂਸਰੀ ਕਰਦੇ ਜਮਾਂ ਵੀ ਜਾ ਕੇ ਦੇਖ ਲਓ ਸਾਰੇ ਨੂੰ ਬੱਤ ਜੇ ਕੰਮ ਨਾ ਹੋਏ ਮੇਰੇ ਪਿੰਡਾਂ ਕੇ ਦੇਖ ਲਿਓ ਤੁਸੀਂ ਫੇਰ ਕਹਿ ਦਿਓ ਆ ਕੇ ਜਿਹੜੇ ਕਾਲੀ ਦੇ ਕਾਂਗਰਸੀ ਨੇ ਇਹਨਾਂ ਨੂੰ ਐ ਪੁੱਛੋ ਵੀ ਤੁਹਾਡਾ ਕਿਤੇ ਪਿੰਡ ਦੇ ਵਿੱਚੋਂ ਕਿਸੇ ਵੀ ਪਿੰਡ ਦੇ ਵਿੱਚੋਂ ਨੌਕਰੀ ਤੇ ਬੰਦਾ ਲਵਾਇਆ ਹਾਂ ਠੀਕ ਹੈ ਇਹਨਾਂ ਨੇ ਇੱਕ ਚੀਜ਼ ਲਾਈ ਐ ਨਸ਼ਾ ਨਸ਼ਾ ਲਾਇਆ ਬੰਦਾ ਸਾਰਾ ਲਾਓ ਪੰਜਾਬ ਨੂੰ ਜੜੋ ਪਰ ਆਪ ਉੱਜੜਦੇ ਨੇ ਬਾਈ ਇਹ ਇਹ 20 ਰੁਪਏ ਦਾ ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਇੱਥੇ ਇੱਥੇ ਟਰਾਲੀ ਵਾਲੇ ਮਿੰਨਤਾ ਕਰਦੇ ਬਾਈ ਪ੍ਰਸਾਦਾ ਸੱਕ ਕੇ ਜਾਈਓ ਓਏ ਪ੍ਰਸਾਦ ਆਪਣੇ ਲੋਕਾਂ ਨੂੰ ਇੱਥੇ ਆ ਕੇ ਅੱਖ ਲੱਗੀ ਅੱਗੇ ਆਪੋਥੇ ਕੋਈ ਮੜਾ ਜਾਂ ਕੋਈ ਲੰਗਰ ਲਾ ਦੇ ਲੋਕ ਇੱਕ ਦੂਜੇ ਦੇ ਉੱਤੋਂ ਜੜੀ ਜਾਂਦੇ ਦੀ ਇੱਥੇ ਬਦਾਮਾਂ ਤੋਂ ਨੱਕ ਮੁੜਿਆ ਪਿਆ ਓਏ ਦਿੱਲੀ ਆ ਕੇ ਦੇਖੋ ਬਾਈ ਮੇਰੇਓ ਇੱਥੇ ਬਦਾਮਾਂ ਤੋਂ ਇੱਥੇ ਜੇ 5 ਲੱਖ ਬੰਦਾ ਇਕੱਠੂ ਮੰਨ ਗਜਾ ਲੇ 10 ਲੱਖ ਬੰਦਾ ਲੰਗਰ ਬਣਦਾ 5 ਲੱਖ ਬੰਦਾ ਦਿੱਲੀ ਦਾ ਲੰਗਰ ਛੱਕ ਰਿਹਾ ਦਿੱਲੀ ਦਾ ਦਿੱਲੀ ਦਾ 5 ਲੱਖ ਬੰਦਾ ਦਿੱਲੀ ਦਾ ਲੰਗਰ ਛੱਕ ਰਿਹਾ ਇੱਥੋਂ ਐਡੀ ਵੱਡੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਵੀ 10 ਜੇ 5 10 ਲੱਖ ਬੰਦਾ ਲੰਗਰ ਬਣਦਾ ਦਿੱਲੀ ਦੇ ਵਿੱਚ ਜੇ 5 ਲੱਖ ਬੰਦਾ ਆਪਣੇ ਪੰਜਾਬ ਦਾ ਕੱਟਾ ਆ ਜਾਂ ਰਣ ਦਾ ਕੱਟਾ ਤਾਂ 5 ਲੱਖ ਬੰਦਾ ਦਿੱਲੀ ਦਾ ਲੰਗਰ ਛੱਕ ਰਹੇ ਆ ਇੱਥੇ ਐਡੀ ਵੱਡੀ ਕਿਰਪਾ ਤੇ ਮੈਰੀ ਹੱਥ ਬਣ ਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਇਹੀ ਆ ਜਿਵੇਂ ਕਿ ਹੁਣ ਆਪਾਂ ਜਾਗੇ ਆ ਜਾਗਦੇ ਰਹੋ ਸੁੱਤੇ ਸੌਏ ਨਾ ਸਾਉਯੋ ਨਾ ਮੇਰਾ ਵੀਰ ਬਣ ਕੇ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਇਹੀ ਆ ਵੀ ਹੁਣ ਸਾਉਯੋ ਨਾ ਜਾਗ ਦੇ ਰੋ ਯਾਰ ਬਾਈ ਚ ਗਰਦ ਕੱਟਾਵੇ ਬਾਈ ਪਰਦੇ ਨਾ ਦੇਓ ਕਿਸੇ ਨੂੰ ਕਿਸੇ ਨੂੰ ਇਹਨਾਂ ਨੂੰ ਦਾਗ ਦੇ ਡੇਰਾ ਹਾਂ ਅਜਿਹਾ ਨਹੀਂ ਬੜਨੂ ਨੇ ਕਿਸੇ ਨੂੰ ਅਜ ਤਾਂ ਅਜਾ ਸਾਡਾ ਪਰਮਲ ਢੋਲਾ ਜਾਇਆ ਉਹਦੇ ਸਮਾਨ ਪਾਵਾਂਗੇ ਆਉਣ ਦੇ ਸਹੀ ਜੇ ਪਰਮਲ ਢੋਲਾ ਭਾਈ ਮੈਂ ਤੈਨੂੰ ਗੱਲ ਦੱਸਦਾ ਵੱਡੇ ਭਾਈ ਪਰਮਲ ਢੋਲਾ ਜਿਹੜਾ ਸਾਡਾ ਐਮਐਲਏ ਆ ਜੇ ਭਾਨਾ ਸਿੱਧੂ ਪਿੰਡ ਚ ਹੋਇਆ ਤੂੰ ਪਿੰਡ ਦੇ ਵਿੱਚ ਵੜ ਗਿਆ ਤਾਂ ਤੇਰੇ ਨਾਲ ਉਹ ਕੁੱਤੇ ਖਾਣੀ ਹੋ ਜਿਹੜੀ ਨਾ ਹੋਣੀ ਹੋਵੇ ਕਿਤੇ ਵੀ ਨਹੀਂ ਹੋਈ ਹੋਈ ਸਾਡਾ ਜਿਹੜਾ ਐਮਐਲਏ ਆ ਐਮਐਲਏ ਆ ਮੈਨੂੰ ਆਪਦੇ ਕੋਲੋਂ ਆਮ ਆਦੀ ਪਾਰਟੀ ਦੇ ਵਿੱਚ ਜੀ ਮੈਨੂੰ ਇਹ ਸੀ ਵੀ ਮੈਂ ਕਿਹੜਾ ਰਾਜਨੀਤੀ ਦੇ ਵਿੱਚ ਆਉਣਾ ਮੈਨੂੰ ਕੱਲ ਹੀ ਕਾਂਗਰਸੇ ਤੋਂ ਪਹਿਲਾਂ ਤੋਂ ਹੀ ਨਫ਼ਰਤ ਸੀ ਮੈਂ ਉਹਦੋਂ ਆਪ ਦੀ ਜੇਬ ਚੋਂ ਫੰਡ ਦਿੱਤਾ ਉਹ ਬੰ ਆਪ ਦੀ ਜੇਬ ਚੋਂ ਬੰਦੇ ਨੂੰ ਫੰਡ ਦਿੱਤਾ ਐਮਐਲਏ ਜਿਹੜਾ ਸਾਡੇ ਭਦੌੜ ਦਾ ਬਣਿਆ ਹੋਇਆ ਪਰਮਲ ਧੌਲਾ ਕਦੇ ਭੋਗ ਤੀਂਦੇ ਆ ਬਾਈ ਕਿਹਦੇ ਉਹ ਭੋਗ ਤੇ ਭੋਗ ਤੇ ਬਲਾ ਕੇ ਕੀ ਕਰਨਾ ਹੈ ਨਹੀਂ ਮੱਲ ਲਾ ਬੂ ਬੰਦਾ ਉਹੀ ਆ ਜਨਾ ਉਹ ਵੀ ਹਾਜ਼ਰ ਆ ਗਿਆ ਉਹ ਤਾਂ ਨਹੀਂ ਉਹਦੇ ਪਾਸੋਂ ਭੋਗ ਤੀਸਤ ਲਿਆ ਕਰੋ ਹੋਰ ਨਹੀਂ ਭੋਗ ਤੇ ਕੀ ਕਰਦਾ ਕੰਮ ਕਰਦਾ ਜੇ ਪਰਮਲ ਧੌਲਾ ਬਾਈ ਤੂੰ ਐਮਐਲਏ ਜੇ ਤੂੰ ਭਾਂਡੇ ਸਿੱਧੂ ਹੁੰਦੇ ਪਿੰਡ ਵੜ ਗਿਆ ਤੇਰੇ ਨਾਲ ਉਹ ਹੋਊਗੀ ਜਿਹੜੀ ਨਾ ਜੇ ਤੇਰੇ ਕੱਪੜੇ ਨਾ ਪਾੜੇ ਤਾਂ ਮੈਨੂੰ ਭਾਂਡੇ ਸਿੱਧੂ ਨਾ ਕਹੀਂ ਇਧਰ ਚੁੜਾ ਲੈ ਜਾਣੀ ਹਾਂ ਤਾ ਮੈਂ ਤੈਨੂੰ ਗੱਲ ਕਹਿਣਾ ਕਿਉਂਕਿ ਤੂੰ ਤੈਨੂੰ ਅਸੀਂ ਐਮਐਲਏ ਬਣਾਇਆ ਸੀ ਉਹਦੇ ਹਲਕੇ ਦਾ ਵੀ ਤੂੰ ਐਮਐਲਏ ਬਣ ਬਾਈ ਪਧੌੜ ਤੋਂ ਤੈਨੂੰ ਅਸੀਂ ਪੈਸੇ ਦਿੱਤੇ ਤੂੰ ਕਹਿੰਦਾ ਵੀ ਮੈਂ ਆਮ ਗਰੀਬ ਪਰਿਵਾਰ ਦੇ ਘਰ ਤੋਂ ਮੁੰਡਾ ਮੈਂ ਤੈਨੂੰ ਆਪਦੀ ਜੇਬ 'ਚ ਪੈਸੇ ਦਿੱਤੇ ਸੀਗੇ ਦਿੱਤੇ ਸੀ ਨਾ ਕਹੇ ਵੀ ਨਹੀਂ ਦਿੱਤੇ ਸੀਗੇ ਐਮਐਲਏ ਨੂੰ ਮੈਂ ਉਹਨੂੰ ਕਹਿਣਾ ਚਾਹਣਾ ਜਿਹੜਾ ਸਾਡਾ ਪਧੌੜ ਦਾ ਐਮਐਲਏ ਆ ਉਹਨੂੰ ਆਪਦੀ ਜੇਬ 'ਚੋਂ ਫੰਡ ਦਿੰਦਾ ਸੀਗਾ ਮੈਂ ਤੂੰ ਵੜ ਕੇ ਦਿਖਾਈ ਪਿੰਡ ਕੋਟ ਦਿੰਨੇ ਹੋਰ ਤਾਂ ਜਿਹੜੇ ਪਿੰਡਾਂ 'ਚ ਮਰਜੀ ਜੇ ਮੈਂ ਕਿੱਦਾਂ ਆਪਦੀ ਸ਼ੂਟਿੰਗ ਸ਼ਾਟਿੰਗ ਦੇ ਬਾਹਰ ਹੋਇਆ ਤਾਂ ਕਹਿਣੀ ਕੀ ਜਿਤਾ ਮਾ ਜੀ ਆਰਾਜ਼ੀ ਕਰਤ ਕੱਢੀ ਸੀ ਗਰੀ ਦਾ ਜੇ ਕਿਤੇ ਮੇਰੇ ਪਿੰਡ ਹੁੰਦੇ ਤੂੰ ਪਿੰਡ ਵੜ ਗਣਾ ਤੇਰੀ ਉਹ ਕਰਾਂਗੇ ਦੇਖੀ ਜੇ ਪਰ ਉਹ ਨਹੀਂ ਦਿੰਦੇ ਬਈ ਤੇ ਵੜ ਨਹੀਂ ਦਿੰਦੇ ਪਿੰਡ ਤੇ ਅਸੀਂ ਸਾਡੇ ਪਿੰਡ ਤੇ ਨਹੀਂ ਵੜ ਸਕਦਾ ਪਰ ਮਲਤੌਲਾ ਜੇ ਜੇ ਕਈ ਵਾਰੀ ਬਾਹਰ ਹੋਇਆ ਤਾਂ ਕਹਿਣੀ ਕੀ ਆ ਤੂੰ ਕੱਲਿਆਂ ਵੀ ਵੜਦੇ ਨੇ ਬਈ ਕੱਲਿਆ ਕਾਂਗਰਸ ਨੂੰ ਸਾਰਿਆਂ ਨੂੰ ਪਰ ਮੌਜੂਦਾ ਮੌਜੂਦਾ ਐਮਐਲਏ ਆਪਣਾ ਉਹ ਆ ਨਾ ਮੌਜੂਦਾ ਦਾ ਮੌਜੂਦਾ ਉਹ ਤਾਂ ਖਤਮ ਹੋ ਗਿਆ ਬਈ 2022 ਤੱਕ ਕਰਦੇ ਨਹੀਂ ਹਜੇ ਵੀ ਹਜੇ ਫਿਰਦਾ ਹੋ ਹਜੇ ਵੀ ਇੱਥੇ ਹਜੇ ਵੀ ਡਰਾਮੇ ਜੇ ਕਰਦਾ ਫਿਰਦਾ ਦਿੱਲੀ 'ਚ ਮੈਨੂੰ ਪਤਾ ਹੈ ਮੋਂ ਪਿੰਡ ਚ ਨਹੀਂ ਆਉਂਦਾ ਹੋ। ਹਜੇ ਵੀ ਡਰਾਮੇ ਕਰਦਾ ਪਿੰਡ ਚ ਆ ਇੱਧਰ ਫਿਰਦਾ ਹੋ ਵੀ ਮੈਂ ਆਪਦੇ ਨੇ ਇਹ ਕਰਦਾ। ਨੇੜੇ ਲੱਗਦੇ ਸਾਡੇ। ਜੇ ਮੈਂ ਪਿੰਡ ਦਾ ਕੰਮ ਕਰੂੰ ਮੈਨੂੰ ਫੇਰ ਹੀ ਦਿੱਲੀ ਆਉਣ ਦਾ ਫਾਇਦਾ? ਜੇ ਮੈਂ ਪਿੰਡ ਤੱਕ ਭੈਣ ਜੋ ਜਾ ਕੇ ਕਿਤੇ ਬਹੋਨੀ ਦੇ ਢੇੜਾ ਨਹੀਂ ਮਾਰਿਆ ਫਿਰ ਇੱਥੇ ਆਉਣ ਦਾ ਕੀ ਫਾਇਦਾ? ਅਸੀਂ ਅੱਕੇ ਪਈਆਂ ਬਾਈ ਅਸੀਂ ਪੰਜਾਬ ਦੇ ਲੋਕ ਅਸੀਂ ਅੱਕੇ ਹੋਏ ਲੋਕ ਆਪਾਂ ਸਾਰੇ। ਤੇ ਅਸੀਂ ਅੱਕੇ ਹੋਏ ਅਸੀਂ ਇੱਥੋਂ ਸਾਰੇ ਦਿਲ ਤੋਂ ਗੱਲਾਂ ਬੋਲਦੇ ਆ। ਹਾਂ ਦੁਖੀ ਹਾਂ ਅਸੀਂ। ਅਸੀਂ ਦੁਖੀ ਆ। ਸਾਡੇ ਮਾਮਾ ਬੈਠੇ ਰਹੇ ਹੋਰੇ ਯਾਰ ਕਿੱਡੀ ਬਹੋਆ ਗੱਲ ਯਾਰ। ਕੁੜੀਆਂ ਬੈਠੇ ਨੇ ਦਿੱਲੀ ਆਈਆਂ ਵਿਚਾਰੀਆਂ। ਬਜ਼ੁਰਗ ਬੈਠੇ ਨੇ ਸਾਡੇ ਯਾਰ ਉਹਨਾਂ ਦੇ ਉਰੇ ਬੈਠਣ ਦਾ ਟਾਈਮ ਆ ਜੇ ਯਾਰ ਸਹੀ ਗੱਲ ਆ ਇਹ ਗੱਲ ਦਾ ਬਹੁਤ ਬੰਦੀ ਲੋ ਜਮਾਨਾ ਤੁਸੀਂ ਵੀ ਸੋਚੋ ਅੱਜ ਅੱਜ ਆਪਾਂ ਕੰਮੇਦਨ ਨਾ ਕਿਉਂ ਚੌਥੇ ਪੰਜਵੇਂ ਦਿਨ ਨਾ ਕਿਉਂ ਚੱਲੋ ਉਹ ਤਾਂ ਪਹਿਲਾਂ ਵੀ ਮੈਂ ਮੈਂ ਤੇ ਦਿੱਲੀ ਜਿੰਨਾ ਹੁਣ ਹੁਣਦੇ ਬਹੁਤ ਪ੍ਰੋਬਲਮਾਂ ਨੇ ਸਾਰੀਆਂ ਚਲੋ ਕਿੰਨਾ ਚੱਲੀ ਜਾਂਦਾ ਸਾਰਾ ਹਾਂ ਤੇ ਇਹ ਸਾਰੇ ਭਰਾਵਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵਾ ਜਾਗਦੇ ਰਹੋ ਪੰਜਾਬ ਦੇ ਵਿੱਚ ਆਪਾਂ ਹੁਣ ਸੌਈਏ ਨਾ ਮੇਰਾ ਜਿਹੜਾ ਮੇਨ ਮੁੱਦਾ ਇਹੀ ਸੀਗਾ ਲਾਈਵ ਹੋਣ ਦਾ ਬੀ ਜਿਹੜੇ ਸਾਡੇ ਲੀਡਰ ਲਗ ਲਗ ਜਥੇਬੰਦੀਆਂ ਆਪਸ ਦੇ ਵਿੱਚ ਮੀਟਿੰਗਾਂ ਕਰਦੇ ਪਰਦੇ ਆ ਸੈਂਟਰ ਸਰਕਾਰ ਨਾਲ ਲਗ ਲਗ ਨਾ ਕਰੋ ਤੁਸੀਂ 33 30 31 ਇਕੱਠੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਰਹੋ ਇਕੱਠੀਆਂ ਮੀਟਿੰਗ ਕਰਦੇ ਰਹੋ ਕਿਉਂਕਿ ਜੇ ਤੁਸੀਂ ਇਕੱਠੇ ਰਹੋਗੇ ਜੇ ਤੁਸੀਂ ਹੁਣੇ ਪਾਟਣ ਲੱਗੇ ਕਿਉਂਕਿ ਸੈਂਟਰ ਸਰਕਾਰ ਬਾਈ ਜੀ ਜਿੰਨੇ ਵੀ ਜਾਣੇ ਤੁਸੀਂ ਲਾਈਵ ਦੇਖ ਰਹੇ ਹੋ 2000 ਬੰਦਾ 1500 ਬੰਦਾ ਹਨ ਇਹ ਆਇਆ ਬਾਈ ਸੈਂਟਰ ਸਰਕਾਰ ਆਪਣੇ ਵਾਲਾ ਇਹਨਾਂ ਨੂੰ ਪਾੜ ਰਹੀ ਆ ਹੁਣ ਜਿਹੜਾ ਇੱਥੇ ਮੈਂ ਦਿੱਲੀ ਦੇ ਵਿੱਚ ਬੈਠਾ ਮੈਂ ਦੇਖ ਰਿਆ ਜਿਹੜੇ ਭਰਾ ਸਾਡੇ ਬਾਹਰਲੇ ਕੰਟਰੀਆਂ ਬੈਠੇ ਲਾਈਵ ਦੇਖ ਰਹੇ ਨੇ ਮੈਂ ਉਹਨਾਂ ਨੂੰ ਇਹੀ ਗੱਲ ਦੱਸਣਾ ਚਾਹਣਾ ਇਹਨਾਂ ਨੇ ਕੀ ਕਰਿਆ ਇਹ ਨਾ ਆਫਿਸ ਦੇ ਵਿੱਚ ਜਿਹੜੇ ਜਥੇ ਬੰਦੇ ਇਹਨਾਂ ਨੂੰ ਪਾਟਣਾ ਸ਼ੁਰੂ ਕਰਤਾ ਮੇਨ ਜਿਹੜੀ ਮੈਂ ਦੱਸਾਂ ਦਾ ਲਾਈਵ ਸੀ ਮੇਰੀ ਇਹੀ ਸੂਚਨਾ ਸੀਗੀ ਸਾਰੇ ਪ੍ਰਧਾਨ ਸਾਹਿਬਾਨਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਅਸੀਂ ਇੱਕ ਆਮ ਇਨਸਾਨ ਆ ਤੁਹਾਡੇ ਤੇ ਅਸੀਂ ਆਮ ਇੱਕ ਭਰੋਸਾ ਕਰਿਆ ਹੋਇਆ ਠੀਕ ਆ ਤੁਸੀਂ ਇਕੱਠੇ ਹੋ ਕੇ ਲੜਾਈ ਲੜੋ ਨਾ ਕਿ ਤੁਸੀਂ ਪਾਟੋ ਠੀਕ ਐ ਤੇ ਤਾਂ ਕਰਕੇ ਇਹ ਗੱਲ ਤੁਹਾਨੂੰ ਮੈਂ ਕਹਿਣਾ ਚਾਹੁੰਨਾ ਵੀ ਇਕੱਠੇ ਹੋ ਕੇ ਸਾਰੇ ਆਪਾਂ ਲੜਾਈ ਲੜਨੀ ਆ ਤੇ ਤੁਸੀਂ ਉੱਥੇ ਲਗ ਲਗ ਮੀਟਿੰਗਾਂ ਨਾ ਕਰਨ ਜਾਇਓ ਜੇ ਤੁਸੀਂ ਲਗ ਲਗ ਮੀਟਿੰਗਾਂ ਕਰਨ ਜਾਓਗੇ ਤਾਂ ਤੁਸੀਂ ਆਪਸ ਦੇ ਵਿੱਚ ਪਾੜ ਗਏ ਤੇ ਇਹੀ ਤਾਂ ਪਾਟਣਾ ਚਾਹੁੰਦੇ ਨੇ ਕੰਮ ਟੇਡਾ ਹੋ ਜਾ ਜਿੰਨਾ ਟਾਈਮ ਸਾਨੂੰ ਮਰਜ਼ੀ ਬਿਠਾ ਲਓ ਜੀ ਦਿੱਲੀ ਬੈਠਣ ਨੂੰ ਤਿਆਰ ਹੋਣਾ ਟਾਈਮ ਅਸੀਂ ਬੈਠੇ ਰਾਵਾਂਗੇ ਤੁਹਾਡੇ ਪਿੱਛੇ ਅਸੀਂ ਬੈਠੇ ਰਾਵਾਂਗੇ ਨੌਜਵਾਨ ਅਸੀਂ ਸਾਰੇ ਤੁਹਾਡੇ ਪਿੱਛੇ ਖੜੇ ਆ ਪਰ ਤੁਸੀਂ ਸਾਡੇ ਨਾਲ ਪਸਪਤੀ ਬੇਕ ਨਾ ਜਾਇਓ ਸਾਡੀ ਬਾਰ ਬਾਰ ਮੇਰੀ ਨਹੀਂ ਇਹ ਇਕੱਲੇ ਸਾਰੇ ਪੰਜਾਬੀਆਂ ਦੇ ਹੱਥ ਮੰਨ ਕੇ ਬੇਨਤੀ ਆ ਤੇ ਜਿਹੜੀ ਇਹ ਸਮੁੰਦਰ ਦੀ ਲਹਿਰ ਹੋ ਇਹ ਰਵੀਸ ਸਮਾਂ ਆਇਆ ਜੇ ਇੱਥੋਂ ਕਿਰਾ ਸਿਸਟਮ ਹੱਲ ਕਰਾ ਮੁੜ ਕੇ ਲੋਟ ਨਹੀਂ ਹੋਣਾ ਬੜਾ ਪਾਤਾ ਕੰਮ ਹੁਣ ਐਡਾ ਜਥਾ ਐਡੇ ਟਰਾਲੇ ਲੰਗਰ ਇਹ ਰੋਜ਼ ਰੋਜ਼ ਕੰਮ ਬਿਡਰੀ ਲੱਗਦੇ ਬਾਈ ਜਿਹੜਾ ਹੁਣ ਲੱਗਿਆ ਹੋਇਆ ਇਹਦਾ ਮੌਸਮ ਵਧੀਆ ਬਾਈ ਹੁਣ ਹੁਣ ਤਾਂ ਗਰਦ ਕੱਢ ਕੇ ਆਵਾਂਗੇ ਇਹੀ ਇਹੀ ਬੈਠੀ ਸਹੀ ਗੱਲ ਆ ਬਾਈ ਹਾਂ ਹੱਥ ਬੰਨ ਕੇ ਬੇਨ ਤੇ ਜਿਹੜਾ ਸਰਪੰਚ ਬੈਠੇ ਨੇ ਬਾਈ ਮੜ ਕੇ ਬੰਨ ਕਹੋਰ ਤਾਂ ਸਹੀ ਤੁਸੀਂ ਦੇਖ ਆ ਵੀ ਆਉਂਦੇ ਕਰਾ ਕਹੋ ਕਿ ਜਾਓ ਯਾਰ ਇੱਕ ਵਾਰੀ ਤਾਂ ਹਾਜ਼ਰੀ ਲਵਾਓ ਸਰਪੰਚਾਂ ਨੂੰ ਮੂਰੇ ਚਾਹੀਦਾ ਸਰਪੰਚ ਨੂੰ ਤੂੰ ਹੁਣ ਆਪਦੀ ਚੱਲ ਗੱਡੀ ਲੈ ਕੇ ਆ ਸਾਰੇ ਸਰਪੰਚਾਂ ਨੂੰ ਚਾਹੀਦਾ ਚਲੋ ਇੰਨੀਆਂ ਗੱਲਾਂ ਕਰਨ ਸੀ ਵੀਰੇ ਥੈਂਕ ਯੂ ਸੋ ਮੱਚ ਆਉਂਦੇ ਬਾਦ ਰੋ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ